ਤੁਸੀਂ ਸਵਾਲ ਕਰੋ ਆਈ ਸਾਹਿਬ ਜੇ ਬਰਸਾ ਯੂਨੀਵਰਸਿਟੀ ਜਿਹੜਾ ਮਿਲੇ ਹੋ ਸੀ ਜੇ ਜੇਲ੍ਹ ਵਿੱਚ ਤਿਹਾੜ ਜੇਲ੍ਹ ਵਿੱਚ ਉਸਨੇ ਜਿਹੜਾ ਤੁਹਾਨੂੰ ਮਿਲੇ ਉਸ ਤੋਂ ਕਿੰਨੇ ਅਰਸੇ ਬਾਅਦ ਬਰਸਾ ਕੀ ਫਾਂਸੀ ਹੋਈ ਸੀ ਜਿਹੜਾ ਨਾ ਦੇਖੋ ਮੈਂ ਇੱਥੋਂ ਗਿਆ ਵਾਹ ਬਾਰਡਰ ਕ੍ਰਾਸ ਕੀਤੀ ਹੈ 10 ਦਸੰਬਰ ਕੀ 10 ਦਸੰਬਰ 1982 ਅੱਛਾ 10 ਦਸੰਬਰ 1982 ਅੱਛਾ ਅਤੇ ਉਸ ਤੋਂ ਬਾਅਦ ਜਨਾਬ 11 ਕੀ ਉਸੀ ਸਾਂਸੀ ਉਸ ਤੋਂ ਬਾਅਦ ਕੋਈ ਤਕਰੀਬਨ 4-5 ਦਿਨ ਤੋਂ ਬਾਅਦ ਨਾ ਅਸੀਂ ਚਲੇ ਗਏ ਦਿੱਲੀ ਮੇਰੇ ਲਾਲ ਸਾਹਿਬ ਨੇ 5-6 ਹਜ਼ਾਰ ਇੱਥੇ ਰੂਟ ਹੋਣਾ ਚਾਹੋ ਮਾਰੂ ਸਾਹਿਬ ਨੇ ਦਿੱਲੀ ਚਲੇ ਗਏ ਅਤੇ ਉੱਥੇ ਫਿਰ ਕੋਈ 2-3 ਦਿਨ ਤੋਂ ਬਾਅਦ ਮੈਂ ਇਹਨੇ ਆਖਿਆ ਵੀ ਮੈਂ ਉੱਥੇ ਵਟਸਐਪ ਕੀ ਆਇਆ ਮਿਲਣ ਵਾਸਤੇ ਤੁਸੀਂ ਬਹੁਤ ਇੱਥੇ ਰਾਸ਼ੀ ਰਾਸ਼ੀ ਤਾਂ ਬਹੁਤ ਬੜੀ ਸੀ ਇੱਥੇ ਤਾਂ ਉਹ ਮੈਂ ਰਿਆਸਤ ਮਿਲਣਾ ਚਾਹਿਆ ਠੀਕ ਹੈ ਉੱਥੇ ਫਿਰ ਬੱਸ ਪੌੜੀ ਬੱਸ ਪੌੜੀ ਔਰ 12-13 ਮਿੰਟ ਦੂਰ ਹੈ ਜੀ ਸ਼ਹਿਰ ਤੋਂ ਬੱਸਾਂ ਪਰ ਗਿਆ ਮੈਂ ਇਹ ਵਾਕਿਆ ਯਾਦ ਆ ਮਿਲਿਆ ਬੱਸਾਂ 'ਚ ਬੈਠੇ ਹਾਂ ਉਹ ਕਹਿੰਦਾ ਇਹ ਖਾਤੂਨ ਬੁੱਢੀ ਆਈ ਔਰ ਉਹ ਬੰਦੇ ਕੀ ਠਾਲਣ ਜਾਣੇ ਸੀ ਅਗਰ ਆਪਣੇ ਆਪਕੋ ਹੈ ਤੋ ਆਪ ਕਾਰ ਪੇ ਜਾਤੇ ਉਸਨੇ ਉਸਕੀ ਇਸ ਤਰ੍ਹਾਂ ਆਖਿਆ ਖੈਰ ਫਿਰ ਮੈਂ ਗਿਆ ਉੱਥੇ ਤਿਆਰ ਜੇਲ੍ਹ 'ਚ ਉਹਨੂੰ ਕਿਸੇ ਦੇ ਵੋਟ ਕੀ ਮੈਂ ਰਿਆਸਤਾਂ ਮੈਂ ਲੰਡਨ ਤੋਂ ਆਇਆ ਬਰਸਾ ਮਿਲ ਜਾਣ ਦੋਸਤ ਨੂੰ ਤਾਂ ਉਸ ਤੋਂ ਨਾ ਫਿਰ ਦਫ਼ਤਰ ਹੀ ਬੁਲਾ ਲਿਆ ਉੱਥੇ ਜੇਲ੍ਹ ਦੱਸਣ ਕਾਫੀ ਬਹਿਸ ਹੋਈ ਹੈ ਮੇਰੀ ਕਾਫੀ ਲੰਬੀ ਛੋਟੀ ਬਹਿਸ ਹੋਈ ਹੈ ਆਖਿਰ ਮੈਂ ਉਹਨੇ ਠੀਕ ਹੈ ਅਗਰ ਆਪ ਯਹੀ ਕਰਨਾ ਚਾਹਤੇ ਹੈ ਫਿਰ ਮੇਰਾ ਜੋ ਮੇਰਾ ਕਾਮ ਹੈ ਉਹ ਇਹ ਕਰੂੰਗਾ ਕਿ ਮੈਂ ਆਈ ਕਾਲ ਦਾ ਪ੍ਰੈਸ ਉਸਕੇ ਬਾਅਦ ਬ੍ਰਿਟਿਸ਼ ਅੰਬੈਸੀ ਕੋ ਫੋਨ ਕਰੂੰਗਾ ਮੈਂ ਬ੍ਰਿਟਿਸ਼ ਨੈਸ਼ਨਲ ਔਰ ਤੀਸਰੀ ਬਾਤ ਇਹ ਹੈ ਕਿ ਮੈਂ ਫਿਰ ਆਪਕਾ ਜੋ ਸ਼ੇਅਰ ਆਇਆ ਨਾ ਇਹ ਜ਼ਰੂਰੀ ਤਾਂ ਉਸਕੋ ਮੰਗਾ ਕਰੂੰਗਾ ਇਤਨੇ ਉਸਨੂੰ ਉਹਨਾਂ ਨੂੰ ਕਹਿ ਗਿਆ ਨਾ ਮੈਂ ਤਾਂ ਜ਼ੋਰ ਨਮਕ ਸੀ ਯਾਦ ਹੈ ਸੀਗਾ ਅਤੇ ਮੈਂ ਉਹ ਉਹਨਾਂ ਨੂੰ ਦਸਤਰ ਬਾਹਰ ਨਿਕਲੀ ਮੈਂ ਨਮਾਜ਼ ਪੜ੍ਹ ਲਈ ਬਾਹਰ ਗਿਆ ਲਾਨ ਬਾਗ ਥੋੜ੍ਹਾ ਦੂਰ ਕੋਈ 200-400 ਗਜ਼ ਦੂਰ ਲਾਂਗੇ ਬਣਿਆ ਉੱਥੇ ਉਹ ਨਲਕਾ ਸੀ ਪਾਣੀ ਨੂੰ ਮੈਂ ਵਜ਼ੂ ਕੀਤਾ ਉਹ ਮੈਂ ਪਰਨਾ ਮੈਡ ਕੋਲ ਸੀ ਮੈਂ ਸਿਟੀ ਨਮਾਜ਼ ਵੀ ਪੜ੍ਹੀ ਦੋ ਫਰਜ਼ ਪੜ੍ਹੇ ਅਤੇ ਸ਼ੀਨੇ ਫਰਜ਼ ਪੜ੍ਹੇ ਤੇ ਮੈਂ ਦੁਆਈ ਮੰਗਣਾ ਸਾ ਜੀ ਅਤੇ ਮੈਂ ਤਾਂ ਕਹਾਂ ਇੱਥੋਂ ਦੂਰੋਂ ਦਸਤਰ ਬਾਹਰੋਂ ਸਫਾਈ ਨਿਕਲਿਆ ਮਾਰਦਾ ਇਸ ਤਰ੍ਹਾਂ ਦੇ ਨਹੀਂ ਆਉਣਾ ਬਈ ਇੱਕ ਆਪ ਲੰਬੇ ਸਾ ਆਏ ਮਸਾ ਮਿਲੇਗੀ ਮੈਂ ਆ ਗਿਆ ਮੈਂ ਆਖਣਾ ਜੀ ਕਿ ਆਪਕੋ ਸਾਹਿਬ ਬੁਲਾ ਰਹੇ ਮੈਂ ਸਮਝ ਗਿਆ ਕਿ ਸਾਹਿਬ ਕਿਉਂ ਬੁਲਾ ਰਹੇ ਮੈਂ ਅੰਦਰ ਗਿਆ ਜਦ ਸਾਹਿਬ ਦੱਸਣ ਜਾਬ ਤੋਂ ਉਹ ਸਗੋਂ ਬੰਦੇ ਬੈਠਾ ਐਸ ਐਸ ਬੈਠਾ ਆ ਉਹ ਜੇਲ੍ਹ ਬੈਠਾ ਆ ਦੁਕਾਨਦਾਰ ਬੈਠੇ ਤਾਂ ਉਹ ਮੈਨੂੰ ਕਹਿਣ ਕਿ ਹਮ ਉਪਰ ਸੇ ਹਮਨੇ ਬਾਰਡਰ ਦੀਏ ਪੁੱਛ ਕੇ ਅਹਿਸਾਸ ਲਈ ਹੈ ਕਿ ਆਪ ਉਸ ਮਿਲ ਸਕਦੇ ਫਿਰ ਉਹਨਾਂ ਵਾਰੀ ਜਾਮਾ ਤਾਸ਼ ਵੀ ਕਰ ਦੀ ਮੇਰਾ ਬੜੇ ਜਾਮਾ ਉਤਾਰੀ ਹਨ ਬੂਟ ਉਤਾਰੇ ਨੇ ਉਸ ਤੋਂ ਬਾਅਦ ਫਿਰ ਕੱਪੜੇ ਮੇਰੇ ਉਤਾਰੇ ਮਤਲਬ ਥਾਰੋ ਨੇ ਚੈੱਕ ਕੀਤਾ ਨਹੀਂ ਫਿਰ ਜਨਾਬ ਉਹਨਾਂ ਨੇ ਲਾਦ ਸਫਾਈ ਤਿੰਨ ਬੰਦੇ ਮੇਰੇ ਨਾਲ ਮਤਲਬ ਜਿੱਦਾਂ ਉਹਨਾਂ ਨੂੰ ਕਿ ਬੁਲਾਇਆ ਨਾ ਕਿ ਭਾਈ ਹਾਂ ਪੰਜਾਬ ਸਾਹਿਬ ਮਿਲਾਤੇ ਹੋ ਤਾਂ ਪਹਿਲੇ ਮੇਰਾ ਵਟਸਐਪ ਨੂੰ ਫੋਨ ਹੁੰਦਾ ਸੀ ਅੰਦਰ ਇੰਤਜ਼ਾਰ ਭੇਜੀ ਕਿ ਇਸ ਤੋਂ ਆਪਣਾ ਜਿਹਾ ਉਹ ਜੀ ਤਿਆਰ ਹੋ ਗਈ ਸਾਨੂੰ ਸਲਾਹਾਂ ਸਾਹਮਣੇ ਆ ਗਈ ਕਿਉਂਕਿ ਮੈਂ ਕੋਈ ਤਕਰੀਬਨ 10 ਮਿੰਟ ਉੱਡਣੇ ਗਏ ਕਾਫੀ ਦੂਰ ਉਹਨਾਂ ਨੇ ਜਗ੍ਹਾ ਜੇਲ੍ਹ ਦੇ ਅੰਦਰ 10-15 ਮਿੰਟ ਉੱਡਣੇ ਸੀ ਗਿਆ ਅਤੇ ਉਸ ਤੋਂ ਬਾਅਦ ਉਹ ਬੰਦੇ ਸਨ ਨਾ ਪੁਲਿਸ ਵਾਲੇ ਪਿੱਛੇ ਕੋਈ 15-20 ਗਜ਼ ਪਿੱਛੇ ਮੀਂਹ ਆਖ ਲਿਆ ਆਪ ਜਾਇਆ ਅਤੇ ਮੈਂ ਗਿਆ ਤਾਂ ਮੈਂ ਮੈਂ ਯਾਦ ਹੈ ਇੱਕ ਵਾਰ ਸਭ ਨੂੰ ਖੜ੍ਹਦੇ ਸਨ ਇਸ ਹਾਦਸੇ ਬਾਹਰ ਖੜ੍ਹੇ ਪਏ ਹੋਏ ਅਤੇ ਮੈਂ ਨਹੀਂ ਮਹਿਸੂਸ ਕੀਤਾ ਇੱਕ ਵਾਰ ਸਭ ਜੇਲ੍ਹ 'ਚ ਆਨੈਸਟ ਉਹਨਾਂ ਨੇ ਜਿਹੜਾ ਸਾਹ ਸਨ ਜਿਸ ਤਰ੍ਹਾਂ ਉਹ ਮਿਲੇ ਵਾਲ ਨਾਲ ਆਮ ਬੰਦਾ ਨਹੀਂ ਬਾਹਰ ਮਿਲਣਾ ਕਿਸੇ ਬੰਦੇ ਕਿੰਨਾ ਅਰਸਾ ਬਾਅਦ ਮਿਲੇ ਸੀ ਉਹਨਾਂ ਕੀ ਫਿਰ ਇਹ ਜੀ ਫਾਂਸੀ ਹੈ ਉਹਦਾ 84 ਹੀ ਹੋਈ ਨਾ ਅਤੇ ਤੁਸੀਂ ਕਿੰਨੇ ਅਰਸੇ ਬਾਅਦ ਮਿਲੇ ਸੀ ਉਸ ਤੋਂ ਪਹਿਲੇ ਕਦੋਂ ਮਿਲੇ ਉਸ ਤੋਂ ਪਹਿਲੇ ਭੱਟ ਸਾਹਿਬ ਕੀ 76 ਨਹੀਂ ਗੱਲ ਨਾ ਮਾੜੀ ਪਿੰਡੀ ਅਕੈਡਮੀ 'ਚ ਯਾਦ ਨਹੀਂ
ਵਾਲਬਨ 75 76 ਦੀ ਗੱਲ ਹੈ ਤੇ ਡਾਕਟਰ ਫਾਰੂਕ ਸਾਹਿਬ ਨੇ ਕਿਹਨੇ ਕਿਹਾ ਅੱਛਾ ਅੱਛਾ ਯਾਦ ਹੈ ਤੇ ਕਿਹਾ ਕਾਫੀ ਦੇਰ ਸੈਰ ਅਸੀਂ ਗੱਲ ਸਕੂਲ ਤੇ ਉਹ ਫਿਰ ਸਾਰਾ ਵਾਰ ਮਸਲਾ ਉਹ ਮੈਂ ਉਸ ਸਾਹਮਣੇ ਬਹਿ ਗਈ ਬਸ ਇੱਕ ਚੀਜ਼ ਮਹਿਸੂਸ ਕੀਤੀ ਹੈ ਕਿ ਉਹਨਾਂ ਦੇ ਹੱਥਾਂ ਨੇ ਇਹ ਜਗ੍ਹਾ ਸਨ ਇਹ ਸਨ محسوس نہیں کر سکتا نہ ਨਾ ਇਹਨਾਂ ਨੇ ਬਾਰੇ ਪੁੱਛਿਆ ਹੋਏ ਮੇਰੇ ਬੱਚਿਆਂ ਨੂੰ ਪਿਆਰ ਹੈ ਬਾਕੀ ਉਹ ਕਰਨ ਪਾ ਬਾਰੇ ਸਾਹਿਬ ਬਾਕੀ ਸਾਹਿਬ ਕਦੋਂ ਕੋਈ ਅਸਰ ਕਰੇਗੀ ਉਹਨਾਂ ਨੂੰ ਬਦਲੀ ਫੈਮਿਲੀ ਫਿਕਰ ਉਹਨਾਂ ਬੰਦੀ ਜਿਹੜੇ ਬਦਲ ਹੈ ਬਿਲਕੁਲ ਇਸ ਦੌਰਾਨ ਉਹ ਗੱਲਾਂ ਹੀ ਕਰ ਰਹੇ ਤਾਰੀਖ ਬਾਰੇ ਕਤਲ ਉਹਨਾਂ ਨੇ ਕੋਈ ਫੈਮਿਲੀ ਦੇ ਬਾਰੇ ਕੋਈ ਹੋਣਾ ਬੰਦਾ ਤਸ਼ਵੀਸ਼ ਹੋ ਗਈ ਕਤਲ ਲੇਕਿਨ ਇਹ ਬਾਈ ਬਰ ਸਾਹਿਬ ਇਤਨੇ ਉਹ ਪੂਰਾ ਉਮੀਦ ਸਨ ਉਸਨੇ ਇਤਨੇ ਉਹ ਮਤਲਬ ਹੈ ਅਸੀਂ ਯਕੀਨ ਕਿ ਪਹਿਲਾਂ ਕੋਈ ਮੈਂ ਉਹਨਾਂ ਦੀ ਕਸਮ ਸਵਾਲ ਨਹੀਂ ਕੀਤਾ ਉਹਨਾਂ ਦੀ ਬੜੀ ਮਾਯੂਸੀ ਸ਼ਮਾਲੀ ਉਸ ਜੀ ਮਤਲਬ ਦੇ ਅੰਦਰ ਤਾਰੀਖ ਪਰ ਬੜੀ ਮਾਯੂਸੀ ਬਹੁਤ ਜ਼ਿਆਦਾ ਅਤੇ ਉਹ ਬਸ ਸਵਾਲ ਨਹੀਂ ਕੋਈ ਇਸ ਤਰ੍ਹਾਂ ਦੀ ਗੱਲ ਨਹੀਂ ਤਾਰੀਖਾਂ ਦੀ ਚੀਜ਼ਾਂ ਨਹੀਂ ਲੈਣੀਆਂ ਲੇਕਿਨ ਯਾਦ ਰੱਖਿਆ ਕਿ ਜਦ ਤੋਂ ਇੱਕ ਵੀ ਨੌਜਵਾਨ ਕਸ਼ਮੀਰੀ ਹੁੰਦਾ ਹੈ ਕਦੇ ਇਹ ਜੇ ਲਾਈ ਅੱਗੇ ਇਹਦੀ ਬੱਜਣ ਹੌਸਲਾ ਅਫਜ਼ਾਈ ਕਾਫੀ ਗੱਲਾਂ ਸਾਰੀ ਸੀ ਡਾਕਟਰ ਸਾਹਿਬ ਕੀ ਮੋਹਨ ਸਾਹਿਬ ਲੇਕਿਨ ਸਟ੍ਰੈਟਜੀ ਇਹ ਸੀ ਕਿ ਪਹਿਲੇ ਤਾਂ ਇਹ ਖਿਆਲ ਸੀ ਕਿ ਡਾਕਟਰ ਸਾਹਿਬ ਕੀ ਮਤੀ ਕਿਸੇ ਦੀ ਬਰਾਈਬ ਕਰੀਗਾ ਨਾ ਇਹਨੂੰ ਕੱਢਿਆ ਜਾਵੇ ਜਦੋਂ ਉਸ ਬਾਰੇ ਉਹ ਕੋਈ ਮਤਲਬ ਕੋਈ ਬਿਜ਼ਨਸ ਨਹੀਂ ਮਤਲਬ ਕੋਈ ਬਹੁਤ ਮੁਸ਼ਕਿਲ ਵੈਰੀ ਵੈਰੀ ਡਿਫਿਕਲਟ ਨਾ ਮੈਂ ਨਾ ਇਸ ਗੱਲ ਪਸੰਦ ਕਰਦੇ ਸਨ ਇਹ ਲਾਇਕ ਕਿ ਵੀ ਉਹਨਾਂ ਕਿਸੇ ਮਤਲਬ ਕਿਡਨੈਪ ਕੀਤਾ ਜਾਏ ਉਸ ਬਾਹਰ ਕੱਢਿਆ ਜਾਏ ਕਿਸੇ ਤਰ੍ਹਾਂ ਉਹਨੂੰ ਪਸੰਦ ਨਹੀਂ ਲੱਗ ਕੀਤਾ ਮਤਲਬ ਉਹ ਗੱਲ ਚਾਹਣ ਸਕੇ ਗੱਲ ਸੁਬਾਹ 84 ਇਹ ਵਾਸੀ ਨਹੀਂ ਕਰਦਾ ਬਹੁਤ ਦੋ ਸਾਲ ਤੋਂ ਬਾਅਦ ਦੋ ਸਾਲ ਅਜੇ ਕੋਈ ਬੰਦਾ ਐਸਾ ਹੈ ਬਟ ਸਾਹਿਬ ਨੇ ਜਿਹਨੇ ਕੋਈ ਖਤੋ ਕਿਤਾਬ ਰਹੀ ਹੈ ਉਸ ਤੋਂ ਬਾਅਦ ਵੀ ਜਿਹੜਾ ਫਾਂਸੀ ਤੋਂ ਬਹਿਣ ਕੋਈ ਮੇਰਾ ਲਾਸ ਖਤੂਤ ਜਿਹੜਾ ਉਹਦਾ ਉਹਨੇ ਸਾਹਿਬ ਮਾਰਾ ਖਤ ਦਿਆ ਕੋਈ ਲਿਖਿਆ ਉਸ ਪਤਾ ਨਹੀਂ ਲੇਕਿਨ ਆਖਰੀ ਖਤ ਦਾ ਤਾਂ ਨਹੀਂ ਪਤਾ ਲੇਕਿਨ ਇੱਕ ਪਹਿਲਾ ਖਤ ਨਹੀਂ ਲਿਖਿਆ ਸੀ ਅੱਛਾ ਅਤੇ ਖਤ ਅਸ਼ਨਾ ਸਾਰੇ ਖਤੂਤ ਜਿਹੜੇ ਉਹ ਤਾਂ ਜਿਹੜੀ ਉਹ ਕਿਤਾਬ ਨਹੀਂ ਉਸ ਸਾਰਾ ਕੋਈ ਮਤਲਬ ਹੈ ਇਤਨੇ ਉਹ ਡੇਟ ਵਾਈਜ ਜੇ ਹੈ ਨਾ ਉਹ ਰੂਦ ਬਾਦਸ਼ਾਹ ਨੇ ਜਿਹਨਾਂ ਜਿਹੜੇ ਬੰਦੇ ਨਾਲ ਲਿਖੇ ਹੋਏ ਉੱਥੇ ਮੌਜੂਦ ਸਾਰੇ 82 ਦੇ ਅਰਾਊਂਡ ਜਿਹੜਾ ਨਾ ਉਹ ਫਿਰ ਆਖਰੀ ਖਤ ਸਨ ਬਸ ਇਸ ਬਾਅਦ ਪਰ ਮਾੜੇ ਮਿਲਣ ਤੋਂ ਬਾਅਦ ਉਹ ਖਤ ਉਸ ਦਾ ਮਤਲਬ ਹੈ ਉਹ ਮਤਲਬ ਕਥਾ ਹੋ ਗਈ ਉਹਨੇ ਜ਼ਿਆਦਾ ਚੈੱਕ ਸ਼ੁਰੂ ਕਰ ਦਿੱਤਾ ਬਹੁਤ ਜ਼ਿਆਦਾ ਬਲਕਿ ਉਹ ਜਿਵੇਂ ਤਾਂ ਕਿਸੇ ਬੰਦੇ ਕੋਈ ਦੱਸਿਆ ਕਿ ਤੇਰਾ ਉੱਥੇ ਫੋਟੋ ਲਾਇਆ ਉਹਨਾਂ ਮਤਲਬ ਹੈ ਵਾਂਟਡ ਪਰਸਨ ਕਿਉਂਕਿ ਮੈਨੂੰ ਯਾਦ ਹੈ ਕਿ ਉਹਨਾਂ ਜੇਲ੍ਹ ਉੱਥੇ ਆਪਣੇ ਕਮਰੇ 'ਚ ਮੇਰਾ ਫੋਟੋ ਕਹਿੰਦਾ ਵਾ ਅੱਛਾ ਦੋ ਬੰਦੇ ਅਸੀਂ ਸਣੇ ਬੈਠੇ ਨੇ ਇੱਕ ਤਾਂ ਫੈਮਿਲੀ ਨਾਲ ਵੀ ਹੈ ਅਤੇ ਇਹ ਵੀ ਬਹੁਤ ਜ਼ਿਆਦਾ ਜਾਣਨ ਲੱਗੇ ਨੇ ਇਹ ਜਿਹੜਾ ਮਾਤਰੇ ਕੇਸ ਆ ਉਸਨੇ ਵਜ੍ਹਾ ਦੇ ਨਾਲ ਉਸ